ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਆਪ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬੀ ਕਲਾਸ ਸਟੱਡੀ ਵਿੱਚ। ਜਿਸ ਤੁਹਾਨੂੰ ਪਤਾ ਹੈ ਤੁਹਾਡੀਆਂ ਫਾਈਨਲ ਪ੍ਰੀਖਿਆਵਾਂ ਚੱਲ ਰਹੀਆਂ ਹਨ, ਤਾਂ ਲਗਾਤਾਰ ਤੁਹਾਡਾ ਅਸੀਂ ਵੈਰੀ ਵੈਰੀ ਇੰਪੋਰਟੈਂਟ ਪੇਪਰ ਸ਼ੇਅਰ ਕਰਦੇ ਰਹਿੰਦੇ ਹਾਂ। ਤਾਂ ਅੱਜ ਇਸ ਵੀਡੀਓ ਵਿੱਚ ਤੁਹਾਡੀ ਡਿਮਾਂਡ 'ਤੇ ਸ਼ੇਅਰ ਕਰਨ ਲੱਗਿਆਂ ਕਲਾਸ 11ਵੀਂ ਦੀ ਵਾਤਾਵਰਨ ਸਿੱਖਿਆ, ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ ਵੈਰੀ ਵੈਰੀ ਇੰਪੋਰਟੈਂਟ ਪੇਪਰ। ਠੀਕ ਹੈ ਸਟੂਡੈਂਟਸ, ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅਤੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਆਪਾਂ ਦੋ ਪੇਪਰ ਸ਼ੇਅਰ ਕਰਾਂਗੇ। ਦੋ ਪੇਪਰ ਜੇਕਰ ਪੜ੍ਹ ਕੇ ਜਾਓਗੇ ਤੁਹਾਡੇ ਵਧੀਆ ਮਾਰਕਸ ਆ ਜਾਣਗੇ, ਯਾਨੀ ਕਿ ਫੁੱਲ 'ਚ ਫੁੱਲ ਮਾਰਕਸ ਆਉਣਗੇ, ਤੁਸੀਂ ਸਮਝ ਗਏ ਹੋਵੋਗੇ। ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅਤੇ ਜਿਹੜੇ ਵਿਦਿਆਰਥੀ ਸਾਡੇ ਚੈਨਲ 'ਤੇ ਪਹਿਲੀ ਵਾਰ ਆ ਰਹੇ ਨੇ, ਕਸ਼ਟਕ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਅੱਜ ਤਾਂ ਤੁਹਾਡਾ ਜਿਹੜਾ ਹੈ ਨੈਕਸਟ ਸੈਕਿੰਡ ਪੇਪਰ ਹੈਗਾ। ਤਾਂ ਇਸ ਤਰ੍ਹਾਂ ਤੁਹਾਨੂੰ ਅੱਗੇ ਵੀ ਆਪਾਂ ਜਿੰਨੇ ਵੀ ਤੁਹਾਡੇ ਪੇਪਰ ਨੇ ਗੇ ਸਾਰੇ ਸਬਜੈਕਟ ਨੇ, ਤੁਹਾਨੂੰ ਆਪਾਂ ਰਿਵੀਜ਼ਨ ਕਰਾਵਾਂਗੇ ਆਪਣੇ ਇਸ ਚੈਨਲ ਦੇ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਦੇਖਣਾ ਐਂਡ ਤੱਕ, ਕਿਉਂਕਿ ਤੁਹਾਡੇ ਲਈ ਵੈਰੀ ਵੈਰੀ ਇੰਪੋਰਟੈਂਟ ਪੇਪਰ ਇਹ ਹੋਣ ਵਾਲਾ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਇਹ ਪੇਪਰ, ਯਾਨੀ ਕਿ ਇਹ ਫਸਟ ਪੇਪਰ ਹੈਗਾ, ਯਾਨੀ ਕਿ ਸਮਾਂ ਤੁਹਾਨੂੰ 2 ਘੰਟੇ ਦਿੱਤਾ ਜਾਊਗਾ। ਤੁਸੀਂ ਦੇਖ ਸਕਦੇ ਹੋ ਕਲਾਸ 11ਵੀਂ ਦੇ ਲਈ ਵਾਤਾਵਰਨ ਸਿੱਖਿਆ ਦੇ ਪੇਪਰ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹੋ ਐਮਸੀਕਿਊ ਟਾਈਪ, ਵਾਤਾਵਰਨ ਦਿਵਸ ਕਦੋਂ ਬਣਾਇਆ ਜਾਂਦਾ ਹੈ, ਵਾਤਾਵਰਨ ਦਿਵਸ ਦੱਸਣਾ ਵੀ ਕਦੋਂ ਬਣਾਇਆ ਜਾਂਦਾ, ਇਹ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਹੋਊਗਾ ਵੀ ਕਦੋਂ ਬਣਾਇਆ ਜਾਂਦਾ। ਆਪਾਂ ਆਂਸਰ ਇਸ ਕਰਕੇ ਨਹੀਂ ਸ਼ੇਅਰ ਕਰਦੇ ਕਿਉਂਕਿ ਜਿਹੜੇ ਇਹ ਪੇਪਰ ਹੈਗਾ ਤੁਹਾਡਾ ਵੈਰੀ ਵੈਰੀ ਸਿੰਪਲ ਆ, ਕੋਈ ਤੁਹਾਨੂੰ ਇਹ ਔਖਾ ਨਹੀਂ ਹੈਗਾ। ਤੁਸੀਂ ਜੇ ਇੱਕ ਵਾਰੀ ਪੜ੍ਹੋਗੇ ਤੁਹਾਨੂੰ ਇਹਨਾਂ ਦੇ ਆਂਸਰ ਪਤਾ ਲੱਗ ਜਾਣਗੇ। ਠੀਕ ਹੈ, ਤਾਂ ਕਰਕੇ ਆਪਾਂ ਇਸ ਨਾਲ ਸ਼ੇਅਰ ਨਹੀਂ ਕਰਦੇ ਤੁਹਾਨੂੰ ਆਂਸਰ। ਤਾਂ ਜਿੰਨੇ ਵੀ ਤੁਹਾਨੂੰ ਕੁਐਸਚਨ ਨੇਗੇ ਸਾਰੇ ਦਿਖਾ ਦੇਣਾ, ਜਮ੍ਹਾਂ ਵੀ ਸਕਿੱਪ ਨਾ ਕਰਿਓ। ਜੇਕਰ ਸਕਿੱਪ ਕਰ ਜੂੰਗੇ ਤਾਂ ਤੁਹਾਡੇ ਜਿਹੜੇ ਕੁਐਸਚਨ ਨੇਗੇ ਕੁਐਸਚਨ ਵੀ ਸਕਿੱਪ ਹੋਣਗੇ। ਠੀਕ ਹੈ, ਦੋ ਪੇਪਰ ਸ਼ੇਅਰ ਕਰਾਂਗੇ, ਦੋਨਾਂ ਪੇਪਰਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਠੀਕ ਹੈ, ਤੁਹਾਡੇ ਪੇਪਰ ਦੀ ਤਿਆਰੀ ਦੇ ਨੇ ਦੋ ਪੇਪਰ। ਠੀਕ ਹੈ ਜੀ, ਦੋਨੇ ਪੇਪਰ ਜਿਹੜੇ ਟ੍ਰੈਂਡ ਹੋ ਰਹੇ ਨੇ ਕਿ ਤੁਹਾਨੂੰ ਪੇਪਰ ਉਹ ਤੁਹਾਡੇ ਪੇਪਰ ਵਿੱਚ ਆਉਣ ਦੀ ਉਮੀਦ ਹੈਗੀ। ਠੀਕ ਹੈ ਸਟੂਡੈਂਟਸ, ਤੁਹਾਡੀ ਰਿਵੀਜ਼ਨ ਕਰਵਾ ਰਹੇ ਹਾਂ। ਜਿਵੇਂ ਕਿ ਦੂਜਾ ਹੈਗਾ ਵਿਸ਼ਵ ਸਿਹਤ ਦਿਵਸ ਕਦੋਂ ਬਣਾਇਆ ਜਾਂਦਾ, ਯਾਨੀ ਕਿ ਵਿਸ਼ਵ ਦਿਵਸ ਸਿਹਤ ਦਿਵਸ ਕਦੋਂ ਬਣਾਇਆ ਜਾਂਦਾ ਹੈਗਾ। ਤਾਂ ਤੀਜਾ ਹੈਗਾ ਧਰਤੀ ਦਿਵਸ ਕਦੋਂ ਬਣਾਇਆ ਜਾਂਦਾ ਹੈਗਾ, ਤੰਬਾਕੂ ਵਿਰੋਧ ਦਿਵਸ ਕਦੋਂ ਬਣਾਇਆ ਜਾਂਦਾ ਹੈ। ਠੀਕ ਹੈ ਜੀ, ਪੈਟਰੋਲੀਅਮ ਸ਼ਬਦ ਕਿਸ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਇਸ ਤਰ੍ਹਾਂ ਤੁਹਾਨੂੰ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਕੁਐਸਚਨ ਆਉਣਗੇ, ਯਾਨੀ ਕਿ ਕਿਥੋਂ ਸਿਮ ਹੈਗਾ, ਮਾਸਾਹਾਰੀ ਜੀਵ ਕਿਹੜੇ ਹੁੰਦੇ ਹਨ, ਜਿਹੜੇ ਮਾਸਾਹਾਰੀ ਤੁਹਾਨੂੰ ਪਤਾ ਹੈ ਜਿਹੜੇ ਮਾਸ ਖਾਂਦੇ ਨੇ। ਸੱਤਵਾਂ ਹੈਗਾ ਭੁਚਾਲ ਦੀ ਤੀਬਰਤਾ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ, ਜਿਸ ਨਾਲ ਭੁਚਾਲ ਮਾਪਿਆ ਜਾਂਦਾ ਹੈ ਉਸ ਨੂੰ ਆਪਾਂ ਕੀ ਕਹਿਣਾਂਗੇ। ਅੱਠਵਾਂ ਕੁਐਸਚਨ ਹੈਗਾ ਊਰਜਾ ਦਾ ਮੁੱਢਲਾ ਸਰੋਤ ਕੀ ਹੈ, ਊਰਜਾ ਦਾ ਮੁੱਢਲਾ ਸਰੋਤ ਦੱਸਣਾ। ਇਸ ਤੋਂ ਬਾਅਦ ਨੌਵਾਂ ਹੈਗਾ ਪੈਟਰੋਲੀਅਮ ਦੀ ਰਚਨਾ ਦੱਸੋ, ਪੈਟਰੋਲੀਅਮ ਦੀ ਰਚਨਾ ਕਿਵੇਂ ਹੋਈ ਸੀ। ਇਸ ਤੋਂ ਬਾਅਦ ਹੈਗਾ ਦਸਵਾਂ ਕੁਐਸਚਨ, ਦਸਵਾਂ ਤੇਲ ਪੈਦਾ ਕਰਨ ਵਾਲੇ ਪੌਦੇ ਦਾ ਨਾਮ ਲਿਖੋ, ਜਿਹੜਾ ਤੇਲ ਪੈਦਾ ਕਰਦਾ ਉਸਦਾ ਪੌਦੇ ਦਾ ਨਾਮ ਲਿਖਣਾ, ਯਾਨੀ ਕਿ ਤੇਲ ਪੈਦਾ ਕਰਦੇ ਨੇ ਗੇ ਸਰੋਂ ਆ ਗਈ। ਠੀਕ ਹੈ ਜੀ, ਇਸ ਤਰ੍ਹਾਂ ਦੇ ਸਰੋਂ ਆ ਗਿਆ, ਇਸ ਤਰ੍ਹਾਂ ਦੇ ਜਿਹੜੇ ਤੇਲ ਇਹਨਾਂ ਤੋਂ ਤੇਲ ਮਿਲਦਾ ਉਹ ਲਿਖ ਸਕਦੇ ਹੋ। ਇਸ ਤੋਂ ਬਾਅਦ 11ਵਾਂ ਹੈਗਾ ਨੈਨੋ ਟੈਕਨੋਲੋਜੀ ਕੀ ਹੈ, ਨੈਨੋ ਟੈਕਨੋਲੋਜੀ ਕੀ ਹੈ। 12ਵਾਂ ਹੈਗਾ ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਦੱਸੋ, ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਦੱਸਣੇ ਵੀ ਕਿਹੜਾ ਕਿਹੜਾ ਪ੍ਰਦੂਸ਼ਣ ਹੁੰਦਾ ਹੈਗਾ। ਇਸ ਤੋਂ ਬਾਅਦ 13ਵਾਂ ਹੈਗਾ ਧੁਆਖੀ ਧੁੰਦ ਕਿਵੇਂ ਪੈਦਾ ਹੁੰਦੀ ਹੈ, ਧੁਆਖੀ ਧੁੰਦ ਦੱਸਣੀ ਉਹਨੇ ਕਿਵੇਂ ਪੈਦਾ ਹੁੰਦੀ ਹੈ। ਇਸ ਤੋਂ ਬਾਅਦ ਹੈਗਾ 11ਵਾਂ ਗ੍ਰੀਨ ਹਾਊਸ ਕਿਸ ਨੂੰ ਕਹਿੰਦੇ ਹਨ, ਗ੍ਰੀਨ ਹਾਊਸ ਤੁਹਾਨੂੰ ਪਤਾ ਹੈ ਗ੍ਰੀਨ ਹਾਊਸ ਇਫੈਕਟ ਕਿਸ ਨੂੰ ਕਹਿੰਦੇ ਹਨ। ਇਸ ਤੋਂ ਬਾਅਦ ਆਉਣਗੇ ਤੁਹਾਨੂੰ ਨੀਚੇ ਕੁਐਸਚਨ ਆਉਣਗੇ 15ਵਾਂ, ਯਾਨੀ ਕਿ HIV ਦੀ ਫੁੱਲ ਫਾਰਮ ਦੱਸਣੀ ਹੈ। HIV ਦੀ ਤੁਹਾਨੂੰ ਪਤਾ ਹੀ ਹੋਊਗਾ ਵੀ ਨਾ ਫੁੱਲ ਫਾਰਮ ਕੀ ਹੈਗੀ, ਤਾਂ ਦੱਸਣੀ ਹੈ। ਹਰੇਕ ਕੋਈ 3 ਓਪਰੇਸ਼ਨ ਕਰੋ, ਹਰੇਕ ਦੇ 5 ਅੰਕ ਮਿਲਣਗੇ। ਠੀਕ ਹੈ ਜੀ, ਕੋਈ 3 ਕਰਨੇ ਨੇ ਤੁਹਾਨੂੰ ਦਿੱਤੇ ਗਏ 4। ਠੀਕ ਹੈ, 4ਾਂ 'ਚ ਕੋਈ 3 ਕਰਨੇ ਨੇ ਤੁਹਾਨੂੰ 3 ਜਿਹੜੇ ਮਿਲਣਗੇ, ਤੁਹਾਨੂੰ 5-5 ਅੰਕ ਮਿਲਣਗੇ। ਜਿਹੜੇ ਉੱਤੇ ਕਰਵਾਏ ਨੇ ਤੁਹਾਨੂੰ 15 ਕੁਐਸਚਨ, ਉਹ ਹੈਗੇ ਸੀ ਤੁਹਾਡੇ 2-2 ਮਾਰਕਸ ਦੇ। ਠੀਕ ਹੈ, ਜਿਵੇਂ ਕਿ ਦੂਜਾ ਕੁਐਸਚਨ ਹੈਗਾ ਵਾਤਾਵਰਨ ਬਚਾਉਣ ਲਈ ਵਿਦਿਆਰਥੀਆਂ ਦੀ ਕੀ ਭੂਮਿਕਾ ਨਿਭਾ ਸਕਦੇ ਹੈ। ਠੀਕ ਹੈ, ਵਾਤਾਵਰਨ ਨੂੰ ਜੇ ਆਪਾਂ ਬਚਾਉਣਾ ਹੈਗਾ ਆਪਾਂ ਕੀ ਕੀ ਭੂਮਿਕਾ ਤੁਸੀਂ ਕਰ ਸਕਦੇ ਹੋ, ਨਿਭਾ ਸਕਦੇ ਹੈਗੇ ਵਾਤਾਵਰਨ ਬਚਾਉਣ ਲਈ। ਤੁਹਾਨੂੰ ਜਿਵੇਂ ਕਿ ਜੇਕਰ ਵਾਤਾਵਰਨ ਬਚਾਉਣਾ ਹੈਗਾ ਤਾਂ ਵਾਤਾਵਰਨ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਨੇ, ਲੋਕਾਂ ਨੂੰ ਸੂਚਿਤ ਕਰਨਾ ਚਾਹੀਦਾ ਵਾਤਾਵਰਨ ਨੂੰ। ਵਾਤਾਵਰਨ ਦੀ ਤੁਸੀਂ ਜੜ ਦੇਖਣੀ ਚਾਹੀਦੀ ਵੀ ਕਿਸ ਤਰ੍ਹਾਂ ਵਾਤਾਵਰਨ ਜਿਹੜਾ ਖਰਾਬ ਹੋ ਰਿਹਾ, ਤਾਂ ਇਸ ਤਰ੍ਹਾਂ ਜਿਹੜਾ ਇਸਦਾ ਆਂਸਰ ਆ ਜਾਏਗਾ। ਤੀਜਾ ਹੈਗਾ ਕੁਦਰਤੀ ਆਫਤਾਂ ਕੀ ਹੁੰਦੀਆਂ ਹਨ ਅਤੇ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਹਨ। ਕੁਦਰਤੀ ਆਫਤਾਂ ਤੁਹਾਨੂੰ ਪਤਾ ਹੈ, ਯਾਨੀ ਕਿ ਕੁਦਰਤੀ ਆਫਤਾਂ ਵਿੱਚ ਆ ਜਾਣਗੇ ਭੁਚਾਲ, ਹੜ੍ਹ ਵਗੈਰਾ, ਇਸ ਤਰ੍ਹਾਂ ਦੀ ਕੁਦਰਤੀ ਆਫਤਾਂ ਆ ਜਾਣਗੀਆਂ। ਇਸ ਤੋਂ ਬਾਅਦ ਹੈਗਾ ਚੌਥਾ, ਕੋਲੇ ਦੀ ਉਤਪਤੀ ਬਣਤਰ ਅਤੇ ਕਿਸਮਾਂ ਬਾਰੇ ਲਿਖੋ। ਕੋਲੇ ਦੀ ਉਤਪਤੀ ਦੱਸਣੀ ਹੈ ਬਿਨਾਂ ਕਿਸ ਤਰ੍ਹਾਂ ਕੋਲਾ ਬਣਦਾ ਹੈਗਾ, ਕੋਲਾ ਕਿੱਥੋਂ ਲੱਭ ਮਿਲਦਾ ਹੈਗਾ, ਅਤੇ ਕੋਲੇ ਦੀਆਂ ਕਿਸਮਾਂ ਦੱਸਣੀਆਂ ਨੇ, ਕੋਲਾ ਕਈ ਪ੍ਰਕਾਰ ਦਾ ਹੁੰਦਾ ਹੈਗਾ, ਕੋਲੇ ਦੀਆਂ ਕਿਸਮਾਂ ਦੱਸਣੀਆਂ ਨੇ। ਠੀਕ ਹੈ, 5ਵਾਂ ਹੈਗਾ ਇੱਕ ਸਧਾਰਨ ਵਿਅਕਤੀ ਨੂੰ ਨਸ਼ੇ ਦਾ ਆਦੀ ਬਣਾਉਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ। ਨਸ਼ਾ ਜਿਹੜਾ ਨਸ਼ਾ ਵਿਦਿਆ ਜਿਹੜਾ ਬੰਦਾ ਨਸ਼ਾ ਕਰਦਾ ਹੈਗਾ ਉਹ ਕਿਵੇਂ ਨਸ਼ੇ ਵਿੱਚ ਲੱਗਦਾ ਹੈਗਾ, ਉਸ ਦੇ ਬਾਰੇ ਤੁਸੀਂ ਦੱਸਣਾ ਹੈ। ਜਨਰਲ ਨੌਲੇਜ ਦਾ ਤੁਹਾਡੇ ਕੁਐਸਚਨ ਨੇ ਕਿ ਸਾਰੇ ਸਰੀਰਕ ਸਿੱਖਿਆ ਦੇ। ਠੀਕ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਤੁਹਾਨੂੰ ਉੱਤੇ ਨੇ ਹੈਗੇ ਨੇ, ਜਿਵੇਂ ਕਿ MCQ ਟਾਈਪ ਨੇ 4 ਆਪਸ਼ਨਾਂ ਵਿੱਚੋਂ ਇੱਕ ਆਪਸ਼ਨ ਟਿਕ ਕਰਨੀ ਹੈਗੀ, ਇਹ ਵੀ ਤੁਹਾਡੇ 2-2 ਮਾਰਕਸ ਦੇ ਨੇ। ਠੀਕ ਹੈ, ਪਹਿਲੇ 15 2-2 ਮਾਰਕਸ ਦੇ, ਐਂਡਲੇ 3 ਨੇ ਹੈਗੇ ਜਿਹੜੇ 5 ਮਾਰਕਸ ਦੇ। ਤਾਂ ਇਸ ਨਾਲ ਤੁਹਾਡਾ ਇਹ ਪੇਪਰ ਕੰਪਲੀਟ ਹੋ ਰਿਹਾ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਤੁਹਾਡਾ ਨੈਕਸਟ ਪੇਪਰ ਸ਼ੇਅਰ। ਤਾਂ
ਤੇ ਪੰਜਵਾਂ ਹੈਗਾ ਸਮਾਜ ਵਿੱਚ ਆਮ ਪ੍ਰਚਲਿਤ ਨਸ਼ੇ ਕਿਹੜੇ ਕਿਹੜੇ ਹਨ। ਇੱਕ ਵਾਰ ਨੀਚੇ ਕਮੈਂਟ ਬੁੱਕਸ ਵਿੱਚ ਜ਼ਰੂਰ ਦੱਸ ਦੇਣਾ ਕਿ ਤੁਹਾਡਾ ਜਿਹੜਾ ਪੇਪਰ ਹੈਗਾ ਕਿੰਨੇ ਮਾਰਕਸ ਦਾ ਹੈਗਾ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੇਖ ਸਕਦੇ ਇਸ ਵਿੱਚ 50 ਲਿਖਿਆ, ਉਸ ਵਿੱਚ 45 ਲਿਖਿਆ ਹੋਇਆ, ਤਾਂ ਉਸਦੇ ਅਕੋਰਡਿੰਗ ਤੁਹਾਡਾ ਜਿਹੜਾ ਪੇਪਰ ਬਣੂਗਾ ਜਿਹੜਾ ਫਾਈਨਲ ਹੈਗਾ। ਤਾਂ ਕਈ ਸਕੂਲ ਨੇ ਜਿਹੜੇ, ਕਈਆਂ ਸਕੂਲਾਂ ਵਿੱਚ 45 ਮਾਰਕਸ ਦਾ ਰੱਖਿਆ ਗਿਆ ਪੇਪਰ, ਕਈਆਂ ਸਕੂਲਾਂ ਵਿੱਚ 50 ਦਾ ਰੱਖਿਆ ਗਿਆ। ਤੁਹਾਡੇ ਸਕੂਲ ਵਿੱਚ ਤੁਹਾਨੂੰ ਦੱਸਿਆ ਹੋਊਗਾ ਤੁਹਾਡੇ ਟੀਚਰ ਨੇ ਵੀ ਕਿੰਨੇ ਮਾਰਕਸ ਦਾ ਤੁਹਾਨੂੰ ਪੇਪਰ ਆਊਗਾ, ਫਿਜੀਕਲ ਐਜੂਕੇਸ਼ਨ ਜਾਂ, ਠੀਕ ਹੈ ਜੀ, ਯਾਨੀ ਕਿ ਤੁਹਾਡਾ ਸਰੀਰਕ ਸਿੱਖਿਆ ਦੇ ਕਿੰਨੇ ਮਾਰਕਸ ਦਾ ਪੇਪਰ ਆਊਗਾ। ਨੀਚੇ ਕਮੈਂਟ ਬੁੱਕਸ ਵਿੱਚ ਇੱਕ ਵਾਰੀ ਜ਼ਰੂਰ ਦੱਸ ਦੇਣਾ, ਆਪਾਂ ਕਮੈਂਟ ਤੁਹਾਡਾ ਪਿੰਨ ਕਰ ਦੇਵਾਂਗੇ ਤਾਂ ਬਾਕੀ ਵਿਦਿਆਰਥੀ ਨੂੰ ਪਤਾ ਲੱਗ ਜੂਗਾ। ਸੀਮਾ ਹੈਗਾ ਜਾਣੀ ਕਿ ਖਾਲੀ ਥਾਵਾਂ ਆਉਣਗੀਆਂ, ਯੋਗ ਆਸਰਨ ਸਾਡੇ ਸਰੀਰ ਦੀਆਂ ਅਣਗਿਣਤ ਡੈਸ਼ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਸੱਤਵਾਂ ਹੈਗਾ ਡੈਸ਼ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ। ਅੱਠਵਾਂ ਹੈਗਾ ਖੇਡ ਮਨੋਵਿਗਿਆਨੀ ਖਿਡਾਰੀ ਨੂੰ ਡੈਸ਼ 'ਤੇ ਤਿਆਰ ਕਰਦਾ ਹੈ। ਨੌਵਾਂ ਹੈਗਾ ਡੈਸ਼ ਵਿੱਚ ਚੰਗੀਆਂ ਦੀਆਂ ਚੁਣ ਕੇ ਫਿਕਰ ਸੰਤਚ ਵਿੱਚ ਸਹੀ ਥਾਂ 'ਤੇ ਰੱਖੀਆਂ ਜਾਂਦਾ ਹਨ। ਇਸ ਤੋਂ ਬਾਅਦ ਦਸਵਾਂ ਹੈਗਾ ਮਨੁੱਖ ਦੀ ਸਮਾਜ ਵਿੱਚ ਪਛਾਣ ਉਸਦੇ ਡੈਸ਼ ਸੰਬੰਧਾਂ ਉੱਪਰ ਨਿਭਾਉਣ ਕਰਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਬੋਬਲੇਲ ਵੀ ਪ੍ਰਸ਼ਨ ਆ ਗਏ, ਯਾਨੀ ਕਿ ਸਿਹਤ ਦੀਆਂ ਕਿੰਨੀਆਂ ਕਿਸਮਾਂ ਹਨ, ਸਿਹਤ ਦੀਆਂ ਕਿਸਮਾਂ ਦੱਸਣੀਆਂ ਨੇ ਕਿੰਨੀਆਂ ਨੇ। ਇਸ ਤੋਂ ਬਾਅਦ ਬਾਰ੍ਹਵਾਂ ਹੈਗਾ ਸਿਹਤ ਸਿੱਖਿਆ ਦਾ ਉਦੇਸ਼ ਕੀ ਹੈ, ਸਿਹਤ ਸਿੱਖਿਆ ਦਾ ਉਦੇਸ਼ ਦੱਸਣਾ। ਇਹਨਾਂ 'ਚੋਂ ਚਾਰ ਆਪਸ਼ਨ ਦੇਖੀਆਂ ਜਾਂਦੀਆਂ, ਚਾਰਾਂ 'ਚ ਕੋਈ ਟਿੱਕ ਕਰਨੀ ਹੈਗੀ। ਤੇਰ੍ਹਵਾਂ ਹੈਗਾ ਸਰੀਰਕ ਸਿੱਖਿਆ ਵਿੱਚ ਕਿਹੜੇ ਕਿਹੜੇ ਖੇਤਰ ਹਨ, ਤਾਂ ਇਹ ਵੀ ਟਿੱਕ ਕਰਨੇ ਤੁਸੀਂ ਇੱਕ। ਚੌਦ੍ਹਵਾਂ ਹੈਗਾ ਸਰੀਰਕ ਸਿੱਖਿਆ ਵਿੱਚ ਅਸੀਂ ਕਿਹੜੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਸਰੀਰਕ ਸਿੱਖਿਆ ਵਿੱਚ ਆਪਾਂ ਕਿਹੜੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਸਕਦੇ ਉਹਦੇ ਬਾਰੇ ਦੱਸਣਾ। ਪੰਦਰ੍ਹਵਾਂ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਵਨਾ ਯਾਨੀ ਕਿ ਇਮੋਸ਼ਨ ਨਹੀਂ ਹਨ, ਇਮੋਸ਼ਨ ਕਿਹੜੇ ਨਹੀਂ ਹਨ। ਇਸ ਤੋਂ ਬਾਅਦ 16ਵੇਂ 'ਤੇ ਆਉਣਗੇ ਤੁਹਾਨੂੰ ਸਹੀ ਜਾਂ ਗਲਤ। ਉਸ ਪੇਪਰ ਵਿੱਚ ਸੀਗੇ ਜਿਹੜੇ ਤੁਹਾਨੂੰ, ਜਿਵੇਂ ਕਿ ਉਸ ਵਿੱਚ ਵੀ ਇਸ ਤਰ੍ਹਾਂ ਦਿੱਤੇ ਗਏ ਸੀਗੇ ਕੁਸ਼ਚਨ, ਤਾਂ ਇਸ ਵਿੱਚ ਵੀ ਇਸ ਤਰ੍ਹਾਂ ਹੀ ਨੇਗੇ। ਤਾਂ ਸਹੀ ਗਲਤ ਆ ਗਏ ਜਿਵੇਂ ਕਿ 17ਵਾਂ ਯਾਨੀ ਕਿ ਸੂਰਿੰਗ ਨਮਸਕਾਰ ਤਾਕਤ ਸ਼ਕਤੀ ਅਤੇ ਲਲਚਰ ਵਿੱਚ ਵਾਧਾ ਕਰਦਾ ਹੈ। ਤਾਂ 18ਵਾਂ ਹੈਗਾ ਕੁਕੀਨ ਕੋਕਾ ਪੌਦੇ ਤੋਂ ਪੱਤੀਆਂ ਤੋਂ ਬਣਾਈ ਜਾਂਦੀ ਹੈ, ਠੀਕ ਹੈ ਜੀ। ਦੱਸਣਾ ਤੁਸੀਂ 19ਵਾਂ ਹੈ ਕਿਸੇ ਵਿਅਕਤੀ ਦੇ ਵਿਹਾਰਾਂ ਦੀ ਸਾਰਥਕਤਾ ਉਸ ਦੀ ਸ਼ਖਸੀਅਤ ਨੂੰ ਦਰਸਾਉਂਦੀ ਹੈ। ਤਾਂ ਇਸ ਤਰ੍ਹਾਂ ਤੁਸੀਂ ਨੇ ਸਾਰੇ ਨਾ ਇੱਕ ਵਾਰੀ ਵੀਡੀਓ ਰੋਕ ਰੋਕ ਕੇ ਸਾਰੇ ਪ੍ਰਸ਼ਨ ਪੜ੍ਹ ਲੈਣੇ ਆ, ਕਿਉਂਕਿ ਇੰਪੋਰਟੈਂਟ ਨੇ ਤੁਹਾਡੇ ਲਈ। ਭਾਗ ਆੜਾ ਗਿਆ, ਪਹਿਲਾਂ ਤੁਹਾਨੂੰ ਆਉਣਗੇ 1-1 ਨੰਬਰ ਦੇ 20, ਠੀਕ ਹੈ ਜੀ। ਉਸ ਵਿੱਚ ਹੈਗੇ ਸੀ 2-2 ਨੰਬਰ ਦੇ 15, ਠੀਕ ਹੈ ਜੀ। ਇਸ ਵਿੱਚ ਹੈਗੇ ਨੇ 20-20 ਨੰਬਰ ਦੇ 20 ਨੰਬਰ ਦੇ 1-1 ਵਾਲੇ। ਇਸ ਤੋਂ ਬਾਅਦ ਆਉਣਗੇ ਤੁਹਾਨੂੰ 2-2 ਅੰਕਾਂ ਵਾਲੇ ਪ੍ਰਸ਼ਨ, ਠੀਕ ਹੈ ਜੀ। ਤਾਂ ਜਿਵੇਂ ਕਿ ਦੇਖ ਸਕਦੇ ਸਿਹਤ ਦੀ ਪਰਿਭਾਸ਼ਾ ਲਿਖੋ। ਇਸ ਤਰ੍ਹਾਂ ਤੁਹਾਨੂੰ ਆਉਣਗੇ ਕੁਸ਼ਚਨ ਭਾਗ ਈਡੀ ਆ ਗਈ, 5 ਆਉਣਗੇ, ਠੀਕ ਹੈ ਜੀ। 5 ਅੰਕਾਂ ਵਾਲੇ 3 ਪ੍ਰਸ਼ਨ ਆਉਣਗੇ, ਜਾਣੀ ਕਿ ਤੁਹਾਨੂੰ ਇਹ ਦਿੱਤੇ ਗਏ 5-5 ਜੇ ਕੋਈ ਤੁਸੀਂ ਨੇ 3 ਕਰਨੇ ਹੋਣਗੇ, ਠੀਕ ਹੈ ਜੀ। ਇਸ ਤਰ੍ਹਾਂ ਦੇਖ ਸਕਦੇ ਕਿ 15 ਮਾਰਕਸ ਦੇ, ਠੀਕ ਹੈ ਜੀ। ਜਿਵੇਂ ਕਿ ਦੇਖ ਸਕਦੇ ਹੋਗੇ ਜਾਂ ਇਹ ਐਂ ਹੋਊਗਾ, ਠੀਕ ਹੈ ਜੀ। ਸੋਰੀ, ਇਹ ਹੈਗਾ ਤੁਹਾਡਾ ਜਿਹੜੇ 5 ਕੁਸ਼ਚਨ ਨੇਗੇ 3-3 ਅੰਕਾਂ ਵਾਲੇ ਨੇ। ਇਸ ਤੋਂ ਬਾਅਦ ਤੁਹਾਨੂੰ 5 ਅੰਕਾਂ ਦਾ ਇੱਕ ਐਂਡ 'ਤੇ ਆਊਗਾ ਭਾਗ ਸੱਸੇ ਵਿੱਚ, ਜਾਣੀ ਕਿ ਇਹ ਵੀ ਇੰਪੋਰਟੈਂਟ ਹੈਗਾ ਪੂਰਾ। ਤਾਂ ਚੰਗੀ ਤਰ੍ਹਾਂ ਇਹ ਪੇਪਰ ਪੜ੍ਹ ਲੈਣਾ, ਕਿਉਂਕਿ ਤੁਹਾਨੂੰ ਇਹ ਪੇਪਰ ਵਿੱਚ ਜ਼ਰੂਰ ਆ ਸਕਦਾ, ਆਉਣ ਦੀ ਉਮੀਦ ਆਪਾਂ ਐਂ ਨਹੀਂ ਕਹਿ ਸਕਦੇ ਵੀ ਨਾ ਆਉਣਗੇ, ਤੁਹਾਨੂੰ ਇਹ ਪੇਪਰ ਆ ਸਕਦੇ ਨੇ, ਕਿਉਂਕਿ ਇਹ ਤੁਹਾਡੇ ਲਈ ਵੈਰੀ ਵੈਰੀ ਇੰਪੋਰਟੈਂਟ ਸੈਂਪਲ ਪੇਪਰ ਨੇਗੇ, ਇੰਪੋਰਟੈਂਟ ਪੇਪਰ, ਠੀਕ ਹੈ ਜੀ। ਸੈਂਪਲ ਪੇਪਰ ਜ਼ਿਆਦਾਤਰ ਪੇਪਰਾਂ ਵਿੱਚ ਦੇਖੇ ਜਾ ਸਕਦੇ ਨੇ। ਤਾਂ ਇਹ ਤੁਹਾਡੇ ਨਾਲ ਆਪਾਂ 2 ਪੇਪਰ ਸ਼ੇਅਰ ਕੀਤੇ ਨੇ, ਤਾਂ ਵੀਡੀਓ ਨੂੰ ਅੰਤ ਤੱਕ ਤੁਸੀਂ ਜ਼ਰੂਰ ਦੇਖਿਆ ਹੋਊਗਾ। ਨੀਚੇ ਕਮੈਂਟ ਬੁੱਕਸ ਵਿੱਚ ਜ਼ਰੂਰ ਦੱਸ ਦੇਣਾ ਤੁਹਾਡੇ ਸਕੂਲ ਵਿੱਚ ਕਿੰਨੇ ਮਾਰਕਸ ਦਾ ਇਹ ਪੇਪਰ ਰੱਖਿਆ ਗਿਆ ਹੈਗਾ। ਤਾਂ ਅਗਲੇ ਪੇਪਰਾਂ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ, ਕਿਉਂਕਿ ਆਪਾਂ ਸਾਰੇ ਇੰਪੋਰਟੈਂਟ ਇੰਪੋਰਟੈਂਟ ਪੇਪਰ ਲੈ ਕੇ ਆਉਂਦੇ ਰਹਿੰਦੇ ਹਾਂ। ਤਾਂ ਇਸ ਪੇਪਰ ਦਾ ਜੇਕਰ ਤੁਹਾਨੂੰ ਸਲਿਊਸ਼ਨ ਚਾਹੀਦਾ, ਨੀਚੇ ਕਮੈਂਟ ਬੁੱਕਸ ਵਿੱਚ ਜ਼ਰੂਰ ਦੱਸ ਦੇਣਾ। ਅੱਜ ਜਲਦੀ ਜਲਦੀ ਤੁਹਾਡੇ ਨਾਲ ਇਸ ਪੇਪਰ ਦਾ ਜਿਹੜਾ ਆਨਸਰ ਨੇ ਉਹ ਸ਼ੇਅਰ ਕਰ ਦੇਵਾਂਗੇ ਅਗਲੀ ਵੀਡੀਓ ਵਿੱਚ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ, ਆਨਸਰਾਂ ਦੀ ਵੀਡੀਓ ਕਦੇ ਵੀ ਆ ਸਕਦੀ ਆ। ਤਾਂ ਜੇਕਰ ਤੁਹਾਨੂੰ ਇਸ ਪੇਪਰ ਦਾ PDF ਚਾਹੀਦਾ, PDF ਤੁਹਾਨੂੰ ਆਪਣੇ ਟੈਲੀ ਗਰੁੱਪ 'ਤੇ ਮਿਲ ਜੂਗਾ। ਟੈਲੀ ਗਰੁੱਪ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ। ਲਿੰਕ ਦੇ ਉੱਤੇ ਜਾ ਕੇ ਟੈਪ ਕਰੋ ਅਤੇ ਸਾਡੇ ਟੈਲੀ ਗਰੁੱਪ ਨੂੰ ਜੁਆਇਨ ਕਰੋ। ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੋਨਾਂ ਪੇਪਰਾਂ ਦਾ ਤੁਹਾਨੂੂੰ PDF ਮਿਲ ਜੂਗਾ, ਠੀਕ ਹੈ ਸਟੂਡੈਂਟਸ। ਵੀਡੀਓ ਨੂੰ ਆਪਾਂ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰਨਾ। ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ, ਅਤੇ ਆਓ ਮਿਲਦੇ ਤੁਹਾਨੂੰ ਨੈਕਸਟ ਵੀ। ਵਰਤ ਤੱਕ ਲਈ ਧੰਨਵਾਦ।